ਹੈਲੋ ਐਵਰੀਵਨ, ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ। ਮੈਂ ਪ੍ਰਿੰਸ ਦਿਓੜਾ, ਬਾਲਾਈ ਜੋਬ ਪਲੇਸਮੈਂਟ ਸਰਵਿਸ ਏਜੰਸੀ ਮੋਗਾ ਸਿਟੀ ਤੋਂ ਜੀ। ਅੱਜ ਅਸੀਂ ਗੁਰਪਿੰਦਰ ਜੀ ਦੇ ਡਾਕੂਮੈਂਟ ਵਾਪਸ ਦੇਣ ਲੱਗੇ ਸੀ, ਕਿਉਂਕਿ ਇਹਨਾਂ ਦਾ ਮੰਥ ਕੰਪਲੀਟ ਹੋ ਗਿਆ ਸੀਗਾ ਸਮਰਾਟ ਹੋਟਲ ਦੇ ਵਿੱਚ। ਸਰ ਐਜ ਏ ਰਿਸੈਪਸ਼ਨ ਦੇ ਸਰ ਕਿ ਆਪਣਾ ਅਸਿਸਟੈਂਟ ਮੈਨੇਜਰ ਕਿਹੜੀ ਪੋਸਟ? ਐਜ ਏ ਮੈਨੇਜਰ ਕਰਦਾ ਹੂੰ। ਐਜ ਏ ਮੈਨੇਜਰ ਦੀ ਪੋਸਟ ਤੇ ਸਰ ਉੱਥੇ ਵਰਕ ਕਰ ਰਹੇ ਨੇ। ਤੇ ਸਰ ਕੀ ਨਾਮ ਕੀ ਆਪਣਾ? ਗੁਰਪਿੰਦਰ ਸਿੰਘ ਜੀ। ਸਰ ਕਿਹੜਾ ਪਿੰਡ ਆਪਣਾ ਜੀ? ਠੱਠੀ ਭਾਈ। ਠੱਠੀ ਭਾਈ ਤੋਂ ਗੁਰਪਿੰਦਰ ਜੀ, ਪਹਿਲਾਂ ਤਾਂ ਬਹੁਤ ਵਧੀਆ ਜੋਬ ਚੱਲਦੀ ਪਈ ਹੈ, ਸਾਨੂੰ ਕਿਸੇ ਵੀ ਤਰ੍ਹਾਂ ਦਾ ਕੋਈ ਲਾਂਭਾ ਤੁਹਾਡਾ ਉੱਥੋਂ ਨਹੀਂ ਮਿਲਿਆ। ਤੇ ਪਹਿਲਾਂ ਤੁਹਾਡੇ ਡਾਕੂਮੈਂਟ ਸੀ ਜੋ ਤੁਸੀਂ ਸਾਡੇ ਕੋਲ ਐਜ ਏ ਸਿਕਿਉਰਿਟੀ ਜਮ੍ਹਾਂ ਕਰਾਏ ਸੀ, ਇਸ ਨੂੰ ਹੈਂਡਓਵਰ ਜੋ ਸਾਡਾ ਰਾਈਟ ਹੈ ਉਸਨੂੰ ਕਰ ਰਹੇ ਹਾਂ। ਗੁਰਪਿੰਦਰ, ਤੁਹਾਨੂੰ ਕਿਵੇਂ ਲੱਗਿਆ ਆਪਣੇ ਨਾਲ ਡੀਲ ਕਰਕੇ? ਇੱਥੇ ਵਧੀਆ ਲੱਗੇ ਜੀ, ਮੇਰੇ ਵੱਲੋਂ ਕੋਈ ਦਿੱਕਤ ਤਾਂ ਨਹੀਂ ਆਈ ਭਰਾ ਵੱਲੋਂ? ਨਹੀਂ ਨਹੀਂ ਨਹੀਂ, ਕੋਈ ਦਿੱਕਤ ਨਹੀਂ। ਕੋਈ ਭਰਾ ਨੂੰ ਸੁਨੇਹਾ ਦੇਣਾ ਹੋਵੇ, ਕੋਈ ਸਲਾਹ ਦੇਣੀ ਹੋਵੇ ਤਾਂ? ਸਲਾਹ ਇਹੀ ਹੈ ਬਈ, ਕਿਸੇ ਵਧੀਆ ਏਜੰਸੀ ਕੋਲ ਹੀ ਜਾਇਆ ਕਰੋ, ਜਿਵੇਂ ਬਾਲਾ ਜੀ ਜੋ ਪਲੇਸਮੈਂਟ ਆ, ਕਿ ਹੋਰ ਫਰੋਡ ਦੇ ਕੋਲ ਫਸਣ ਦੀ ਕੋਈ ਲੋੜ ਨਹੀਂ। ਮੈਂ ਆਇਆ ਸੀ ਜਦੋਂ ਪਹਿਲੇ ਦਿਨ 15 ਮਿੰਟ 'ਚ ਮੈਨੂੰ ਜੋਬ ਮਿਲ ਗਈ ਸੀ, ਤੇ ਆ ਮੰਥ ਕੰਪਲੀਟ ਹੋਇਆ ਤੇ ਡਾਕੂਮੈਂਟ ਵਾਪਸ ਮਿਲ ਗਏ ਆਪਣੇ। ਦੇਖੋ ਜੀ, ਜੋ ਵੀ ਮੇਰਾ ਭਰਾ ਹੈ ਨਾ, ਆਪਾਂ ਤਾਂ ਕਹਿੰਦੇ ਹਰ ਭਰਾ ਅੱਗੇ ਵਧੇ, ਮੈਨੂੰ ਵੀ ਵੀਰੇ ਤੁਹਾਡੇ ਸਾਰੇ ਭਰਾਵਾਂ ਤੋਂ ਇਹੀ ਸੁਣਨਾ ਪਸੰਦ ਲੱਗੂਗਾ ਵੀ ਕੋਈ ਭਰਾ ਲਾਈਫ 'ਚ ਸੈਟਲ ਹੋ ਰਿਹਾ, ਕੋਈ ਵੀ ਨੌਕਰੀ ਹੈ ਨਾ, ਮੈਂ ਜਿੱਥੇ ਵੀ ਲਵਾ ਰਿਹਾ, ਹਰ ਬੰਦੇ ਨੂੰ ਕੋਈ ਰਾਹ ਮਿਲਦਾ ਅੱਗੋਂ, ਗਾਹ ਜਾਣਾ ਕਿੱਧਰ ਨੂੰ ਆਪਾਂ, ਹਰ ਕਿਸੇ ਦਾ ਰਾਹ ਉਹਦੀ ਮੰਜ਼ਿਲ ਨੂੰ ਵੀਰੇ ਜ਼ਰੂਰ ਜਾਂਦਾ ਜੇ ਆਪਾਂ ਟੇਕ ਕੇ ਕੰਮ ਕਰਦੇ ਤਾਂ ਸਿੱਖਦੇ ਹਾਂ। ਕੋਈ ਵੀ ਨੌਕਰੀ ਹੈ, ਸਮਝੋ ਸਟੈਪ ਆ ਆਪਣੇ ਲਈ ਕੋਈ ਨਾ ਕੁਛ ਨਵਾਂ ਸਿੱਖਣ ਦਾ। ਸਾਰੇ ਭੈਣ ਭਰਾ ਜਿੰਨੇ ਵੀ ਹੈਗੇ ਨੇ ਜੋਬ ਕਰਨਾ ਚਾਹੁੰਦੇ ਨੇ, ਜੋ ਬਿਲਕੁਲ ਫਰੈਸ਼ਰ ਹੋ, ਚਾਹੇ ਤੁਸੀਂ ਐਕਸਪੀਰੀਅੰਸ ਹੋ, ਮੇਰਾ ਵੀਰ ਸਟੇਬਿਲਿਟੀ ਬਣਾਓ, ਕਿਸੇ ਵੀ ਜੋਬ ਦੇ ਜਾਂਦੇ ਹੋ ਓਨਰਸ ਨਾਲ ਆਪਦੀ ਵੀਰੇ ਬਿਲਕੁਲ ਬਣਾ ਕੇ ਰੱਖੋ, ਤੇ ਆਪਦਾ ਇੱਕ ਫੋਕਸ ਰੱਖੋ ਵੀ ਤੁਸੀਂ ਪਹੁੰਚਣਾ ਕਿੱਥੇ, ਗੋਲ ਕੀ, ਆਉਣ ਵਾਲੇ 5-4 ਸਾਲਾਂ ਤੁਸੀਂ ਕੀ ਅਚੀਵ ਕਰਨਾ ਚਾਹੁੰਦੇ ਹੋ। ਠੀਕ ਹੈ ਵੀ, ਸਾਰੇ ਭੈਣ ਭਰਾ ਸਤਿ ਸ਼੍ਰੀ ਅਕਾਲ ਆ ਜੀ। ਠੀਕ ਹੈ ਬ੍ਰਦਰ, ਬਹੁਤ ਵਧੀਆ ਲੱਗਿਆ ਤੁਹਾਡੇ ਨਾਲ ਮਿਲ ਕੇ। ਧੰਨਵਾਦ।